ਸਰ ਜੀ ਆਪਣੀ ਹਿੰਮਤ ਹੋਣੀ ਚਾਹੀਦੀ ਜਦੋਂ ਅੱਲਾ ਨੂੰ ਯਾਦ ਕਰਕੇ ਇੱਕ ਮਿੰਟ ਟੁਰ ਪੈ ਇਹ ਅਸੀਂ ਕਰਨਾ ਹੀ ਕਰਨਾ ਉਹ ਟੀਮ ਨੇ ਆਣ ਕੇ ਨਹੀਂ ਕਰਨਾ ਇਹ ਅਸੀਂ ਇਸ ਟੀਮ ਨੇ ਕਰਨਾ ਬਹੁਤ ਮੇਹਨਤ ਕੀ ਬਾਜੀ ਦੀਆਂ ਨਿਜ਼ਾਮ ਸਫਾਈ ਸੁਥਰਾਈ ਦਾ ਜਿਹੜਾ ਕੰਮ ਹੈ ਜਿਹੜਾ ਜ਼ਿੰਮਾ ਤੁਹਾਡੇ ਹਿੱਸੇ ਆਇਆ ਕਿੰਨਾ ਕੁ ਕੰਮ ਹੁੰਦਾ ਸੀ ਕਮਲੀ ਚ ਸਰ ਬਹੁਤ ਜ਼ਿਆਦਾ ਕੰਮ ਸੀ ਬਹੁਤ ਰੱਜ ਕੇ ਮਿਹਨਤ ਕੀ ਜੰਗਲ ਚ ਬਾਥ ਲਾਣੇ ਪੈਣੇ ਜੰਗਲ ਚ ਬਾਥ ਲਾਣੇ ਪੈਂਦੇ ਸਾਰੇ ਹਾਂਜੀ ਤੇ ਕਿੰਨਾ ਢੋਇਆ ਸਮਾਨ ਤੇ ਕਿੱਥੇ ਬਹੁਤ ਹੀ ਜ਼ਿਆਦਾ ਸਰ ਰਾਤ ਨੂੰ ਦੋ ਟਰੱਕ ਲੋਡ ਕਰਨੇ ਵਾਪਸੀ ਵਾਸਤੇ ਸਵੇਰ ਫੇਰ ਲਾਉਣੇ ਬਹੁਤ ਜ਼ਿਆਦਾ ਮਿਹਨਤ ਕੀ ਕਦੀ ਉੱਤੇ ਪਹਾੜੀ ਤੇ ਕਦੀ ਥੱਲੇ ਪਹਾੜੀ ਤੇ ਹੈ ਜੀ ਤੇ ਪਰ ਜਦੋਂ ਯਾਦ ਕਰਦੇ ਹੋ ਸਾਰਾ ਵੇਲਾ ਜੀ ਕੀ ਦਿਲ ਚ ਕੀ ਖਿਆਲ ਆਉਂਦਾ ਖੁਸ਼ੀ ਹੁੰਦੀ ਦਿਲ ਚ ਸਰ ਇਹ ਖੁਸ਼ੀ ਵੀ ਆਤੀ ਹੈ ਮਸਲਾ ਨੇ ਪਹਿਲੇ ਸੇ ਪਹਿਲੇ ਤੇ ਦੱਸ ਸੀ ਥੋੜਾ ਜਿਹਾ ਮਜਬੂਰ ਵੀ ਰਹਿ ਵੀ ਮਿਹਨਤ ਬਹੁਤ ਜ਼ਿਆਦਾ ਉਸ ਤੋਂ ਬਾਅਦ ਦੂਸਰੇ ਸਪੈਲ ਦੇ ਥੋੜਾ ਜਿਹਾ ਈਜ਼ੀ ਹੋ ਗਿਆ ਈਜ਼ੀ ਹੋ ਗਿਆ ਘਰ ਚ ਆ ਕੇ ਸਨ ਪਹਿਲਾ ਜਿਹੜਾ ਸਪੈਲ ਸੀ ਉਹ ਸਾਰਾ ਆਊਟਡੋਰ ਸੀ ਹਾਂਜੀ ਜੰਗਲ ਦੇ ਨਦੀਆਂ ਕਦੇ ਨੀਚੇ ਲੱਗੇਗਾ ਉੱਪਰ ਲੱਗੇਗਾ ਤੇ ਜਦੋਂ ਇਸ ਤਰ੍ਹਾਂ ਦਾ ਕੰਮ ਬੰਦਾ ਕਰਦਾ ਹੈ ਤੇ ਇੱਕ ਵਾਰੀ ਕਰਕੇ ਜੇ ਉਹਨੂੰ ਨਾ ਮਜ਼ਾ ਆਇਆ ਤੇ ਫਿਰ ਦੂਜੀ ਵਾਰੀ ਨਹੀਂ ਕਰਦਾ ਪਰ ਤੁਸੀਂ ਤੇ ਘੜੀ ਮੁੜੀ ਵਾਪਸ ਅਸੀਂ ਵੀ ਸਾਧ ਲੈਣੇ ਤੁਸੀਂ ਵੀ ਆ ਜਾਂਦੇ ਹੈ ਸਰ ਜੀ ਕੀ ਵਜ੍ਹਾ ਹੈ ਸਰ ਜੀ ਆਪਣੀ ਹਿੰਮਤ ਹੋਣੀ ਚਾਹੀਦੀ ਹਾਂ ਜਦੋਂ ਅੱਲਾ ਨੂੰ ਯਾਦ ਕਰਕੇ ਇੱਕ ਮਿੰਟ ਟੁਰ ਪੈ ਇਹ ਅਸੀਂ ਕਰਨਾ ਹੀ ਕਰਨਾ ਇਹ ਕਰਨਾ ਹੀ ਕਰਨਾ ਉਹ ਟੀਮ ਨੇ ਆਣ ਕੇ ਨਹੀਂ ਕਰਨਾ ਇਹ ਅਸੀਂ ਇਸ ਟੀਮ ਨੇ ਕਰਨਾ ਉਹਨੂੰ ਫਿਰ ਕਰਨਾ ਹੀ ਤੇ ਬਾਜੀ ਦੀ ਔਲੀ ਸਖਤੀ ਵੀ ਨਾ ਇੱਥੇ ਖਲਾਰਾ ਪਾਇਆ ਸ਼ਾਪਰਾ ਸੇ ਵੀ ਪਾਏਗਾ ਤੇ ਵਾਪਸ ਲਾਹੌਰ ਆਏਗਾ ਜੀ ਫਰੱਕਾ ਜੇ ਪਾ ਕੇ ਹਾਂਜੀ ਸ਼ਫੀਕ ਭਾਈ ਸਿਰਫ ਮੈਂ ਇਹ ਸ਼ੁਕਰੀਏ ਲਈ ਸਾਰਿਆਂ ਨੂੰ ਮਿਲ ਰਹੇ ਹਾਂ ਗੱਲਾਂ ਕਰ ਰਹੇ ਹਾਂ ਤਾਂ ਕਿ ਲੋਕਾਂ ਨੂੰ ਇਹ ਪਤਾ ਚੱਲੇ ਕਿ ਜਦੋਂ ਫਿਲਮ ਬਣਦੀ ਹੈ ਉਹ ਸਿਰਫ ਉਹ ਨਹੀਂ ਜਿਹੜੀ ਸਾਹਮਣੇ ਨਜ਼ਰ ਆ ਰਹੀ ਜੀ ਔਰ ਫਿਲਮ ਉਹ ਵੀ ਹੈ ਜਿਹੜੀ ਪਿੱਛੇ ਫਿਲਮਾਂ ਚੱਲ ਰਹੀਆਂ ਸਨ ਕਈ ਸਾਰੀਆਂ ਫਿਲਮਾਂ ਤੇ ਤੁਸੀਂ ਰਜ਼ਾਕ ਤੇ ਬਾਕੀ ਸਾਰੇ ਜੀ ਤੁਸੀਂ ਤੇ ਐਕਟਿੰਗ ਵੀ ਕੀਤੀ ਹੈ ਵਿੱਚ ਸ਼ਾਰਟ ਨਜ਼ਰ ਆਇਆ ਹਾਂਜੀ ਹਾਂਜੀ ਨਹੀਂ ਮੈਂ ਤਾਂ ਕੱਲ ਪਹੁੰਚਿਆ ਹੀ ਕਿਉਂ ਨਹੀਂ ਪਹੁੰਚੇ ਕੱਲ ਫਵਾਦ ਭਾਈ ਨੇ ਮੈਨੂੰ ਫੋਨ ਕੀਤਾ ਥਾ ਫਵਾਦ ਨੂੰ ਲੇਕਿਨ ਉਹ ਗਲਤੀ ਮੇਰੀ ਅੱਛਾ ਚੱਲ ਉਸ ਨੂੰ ਦੁਬਾਰਾ ਵਿਖਾ ਦਿਆਂਗੇ ਕਿਸੇ ਦਿਨ ਫਿਰ ਦੁਬਾਰਾ ਵਿਖਾਣੇ ਤੁਹਾਡਾ ਸ਼ਾਟ ਕਾਰ ਚ ਅੱਗ ਲੱਗੀ ਤੇ ਸ਼ਫੀਕ ਭਾਈ ਪਿੱਛੇ ਬਾਲਟੀਆਂ ਲੈ ਕੇ ਪਾਣੀ ਦੀ ਟੁਰੀ ਜਾ ਰਹੇ ਹੈ ਜੀ ਤੇ ਮੈਨੂੰ ਉਹ ਨਹੀਂ ਮੈਂ ਯਾਦ ਹੈ ਉਸ ਦਿਨ ਹੋਇਆ ਕੀ ਸੀ ਰਾਤੀ ਇੱਕ ਸੀਨ ਚ ਜਦੋਂ ਮੈਂ ਕਿਹਾ ਕਿ ਤੁਸੀਂ ਅੱਗ ਲੱਗੀ ਤੇ ਬਾਲਟੀਆਂ ਪਾਣੀਆਂ ਨੇ ਗਾਉਂ ਆ ਕੇ ਲੈ ਜੀ ਯਾਦ ਤੇ ਇੱਕ ਵਾਰੀ ਤੁਸੀਂ ਬਾਲਟੀ ਭਰੀ ਹੈ ਉਹ ਹਾਦੀ ਚ ਹਾਂਜੀ ਤੇ ਦੂਜੀ ਵਾਰੀ ਖਾਲੀ ਬਾਲਟੀ ਸੁੱਟਣੀ ਸ਼ੁਰੂ ਕਰਤੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਹ ਸਾਥ ਤਾਂ ਸਾਡੇ ਲਈ ਕੰਮ ਕਰਨ ਦਾ ਤੇ ਕਿਸੇ ਦਾ ਵੀ ਜਿਹੜਾ ਕੰਮ ਹੈ ਨਾ ਉਹ ਗੈਰ ਅਹਿਮ ਨਹੀਂ ਹੁੰਦਾ ਸਾਰਿਆਂ ਦਾ ਕੰਮ ਜੇ ਸਿੱਧਾ ਹੋਏਗਾ ਜੇ ਗੰਦੀ ਥਾਂ ਤੇ ਸ਼ੂਟਿੰਗ ਹੋਏਗੀ ਉਹ ਗੰਦੀ ਨਜ਼ਰ ਆਏਗੀ ਸਾਫ਼ ਥਾਂ ਤੇ ਸ਼ੂਟਿੰਗ ਹੋਏਗੀ ਉਹ ਸਾਫ਼ ਨਜ਼ਰ ਆਏਗੀ ਜਾਂ ਸਾਰਾ ਜਿਹੜਾ ਇਹਦਾ ਸਿਹਰਾ ਹੈ ਨਾ ਤੁਹਾਡੇ ਸਰ ਜਾਂਦਾ ਤੇ ਬਹੁਤ ਸ਼ੁਕਰੀਆ ਧੰਨਵਾਦ ਸਰ ਕੋਈ ਬਾਤ ਨਹੀਂ ਥੈਂਕ ਯੂ ਓਕੇ